रायन का बढ़ गया आ गया परना डबिया गाँवदा सी मेरे दिमाग च एक कीड़ा सी के हीरो मेरी निगाह च दो कास्ट है हिंदुस्तान च एक शहरी ते एक पेंडू जदों असी चंडीगढ़ पढ़ते सी जिहड़े शहर वाले होंदे सी असी होस्टल वाले सी थोड़े जे हटके जे तुरदे सी सो कॉल्ड शहरी सो मेरे दिमाग सी कि पंजाबी गीतां दे जिहड़े हीरो होणगे उह तां पढ़ने वाले होणगे गल जिथे सी बहुत साल का रोंदा सी वलैत जाना है मैं कहा गाना सीख ले ओए एक बारी लग रही ओए सीखना है 1 2 1 चेक ओ हो आज दिन कच्चा ना फिर जाके कहूंगा मासी बेइज्जती कर देंदे है गल तो फिर कहना पड़े पुत्र सा सुन Oh, ho, 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 ho.
ਔਰਤਾਂ ਦੀ ਗੱਲ ਲੋਰੀ ਉੱਠ ਤੜਕੇ ਖਾਈਏ ਲੋਰੀ ਇਹ ਸਾਡੀ ਹੋਈ ਦੀਵਾਲੀ ਲੋਰੀ ਕੋਈ ਡਰ ਨਹੀਂ ਮੌਤ ਦੀਆਂ ਤਾਰਾਂ ਦਾ ਪਿੱਤਰਾ ਸ਼ੌਂਕ ਪੜਦਾ ਸੀ ਤੂੰ ਵੀ ਕਾਲਜ ਪੜਦੀ ਸੀ ਜਦ ਮੈਂ ਕਾਲਜ ਪੜਦਾ ਸੀ ਤੂੰ ਵੀ ਕਾਲਜ ਪੜਦੀ ਸੀ ਮੈਂ ਖੇਤਾਂ ਨੂੰ ਪੱਠੇ ਵੱਢਣ ਜਦ ਵੀ ਕਮਲੀਏ ਜਾਂਦਾ ਸੀ ਤੂੰ ਕੁੱਪਦੇ ਉਹਦੇ ਖੜਦੀ ਸੀ ਪਿਛਲੀ ਟਾਕੀ ਚੜ੍ਹਦੀ ਸੀ ਜਦ ਮੈਂ ਪਤੰਗ ਅੜਾਉਂਦਾ ਸੀ ਜਦ ਮੈਂ ਪਤੰਗ ਅੜਾਉਂਦਾ ਸੀ ਤੂੰ ਛੱਤ ਤੇ ਬਹਿ ਕੇ ਪੜ੍ਹਦੀ ਸੀ ਛਤਰੀ ਲਾ ਲਈਏ ਛਤਰੀ ਹਾਏ ਹਾਏ ਉਹ ਬੜਾ ਮੀਂਹ ਪੈਂਦਾ ਛਤਰੀ ਆ ਜਾਏ ਉਹ ਸਾਡੇ ਸੱਜਣ ਦਾ ਤੁਸੀਂ ਲੈ ਆਏ ਉੱਥੋਂ ਤੁਸੀਂ ਕਹਿੰਦੇ ਸੁੱਟਦੇ ਛਤਰੀ ਓਏ ਜੀਓ ਜੀਓ ਜ਼ਰੂਰ ਉੱਥੇ ਵਾਲਾ ਮੁੰਡਾ ਨਿਕੰਮਾ ਹੋਣਾ ਹੈ ਜਿਹੜੀ ਕੁੜੀ ਉਹਨੂੰ ਬਦਤਮੀਜ਼ ਨੂੰ ਛੱਡ ਕੇ ਬਾਹਰ ਵਧੀਆ ਕਰਿਆ ਭੁੱਖੀ ਮਰ ਜਾਂਦੀ ਜੇ ਨਾ ਆਉਂਦੀ ਉੱਥੇ ਵਿਆਹ ਕਰਾ ਲੈਂਦੀ ਉੱਥੇ ਕਿਸੇ ਨੇ ਚਿੱਟੇ ਚੁੱਟੇ ਦੇ ਲੱਗ ਜਾਣਾ ਸੀ ਕਾਲੇ ਕੋਲ ਰੰਗ ਹੀ ਇਹੋ ਜਿਹਾ ਚਿੱਟਾ ਚਾਹੋ ਕੋਕੀਨ ਹੋਵੇ ਚਾਹੋ ਹੁਸਨ ਹੋਵੇ ਆਦਮੀ ਸਿੱਧਾ ਹੁੰਦਾ ਕਿਉਂਕਿ ਅਸੀਂ ਕਾਲੇ ਹੈ ਅਸੀਂ ਉਸ ਮੁਲਕ ਜਾਂ ਜਿੱਥੇ ਸਾਡਾ ਰੰਗ ਬਹੁਤਾ ਸਾਫ਼ ਨਹੀਂ ਸਾਨੂੰ ਹਮੇਸ਼ਾ ਚਿੱਟੇ ਰੰਗ ਦਾ ਕਰੇਜ਼ ਰਹਿੰਦਾ ਕਿ ਨਹੀਂ ਸਰਦਾਰ ਜੀ ਜੇ ਕਿਤੇ ਦਾਦਾ ਆਜ਼ਾਦੀ ਤੋਂ ਪਹਿਲਾਂ ਆ ਜਾਂਦਾ ਅੱਖਾਂ ਮੇਰੀਆਂ ਵੀ ਬਿੱਲੀਆਂ ਹੋਣੀਆਂ ਸੀ ਚਲੋ ਜਦੋਂ ਕੋਈ ਬਾਹਰ ਮੇਰੇ ਬੜੇ ਸੱਜਣ ਔਰ ਜਿਹੜੇ ਕਹਿੰਦੇ ਨੇ ਵੀ ਦਾਦਾ ਜੀ ਆ ਗਏ ਸੀ ਮੈਂ ਕਿਹਾ ਸਾਡੇ ਦਾਦੇ ਨੂੰ ਕੀ ਮੱਖ ਲੜਦਾ ਸੀ ਉਹ ਕਹਿੰਦੇ ਨੇ ਜਿਹੜਾ ਜਹਾਜ਼ ਉੱਥੇ ਦਸਾਂ ਕਿੱਲਿਆਂ 'ਚ ਕੀ ਸੁਆਹ ਡਾਉਣੀ ਸੀ ਪਹਿਲਾਂ ਬਾਲੇ ਹੁੰਦੇ ਸੀ ਹੁਣ ਲੈਂਟਰ ਪੈ ਗਿਆ ਬਸ ਬਹੁਤਾ ਫਰਕ ਨਹੀਂ ਟਰੱਕ ਵੀ ਚਲਾਉਣਾ ਸੀ ਇਹ ਮੁਲਕ ਅੱਜ ਵੀ ਸੁਪਨਾ ਉੱਥੇ ਤੋਂ ਜਵਾਨ ਕੋਈ ਡੁਬਕੀ ਲਾ ਕੇ ਆਉਂਦਾ ਕੋਈ ਜਹਾਜ਼ ਦੇ ਟਾਇਰਾਂ 'ਚ ਫਸਦਾ ਤੇ ਜੇ ਕੋਈ ਗਲੀ ਗਵਾਂਢ 'ਚ ਬਹੁਤਾ ਤੜਫਦਾ ਕਿਤੇ ਰਿਸ਼ਤਾ ਰੁਸ਼ਤਾ ਕਰਾ ਦਿਆ ਕਰੋ ਵੱਡੀ ਉਮਰ ਦੀ ਗੋਲੀ ਵੀ ਮਿਲ ਜਾਵੇ ਤਾਂ ਚੱਲੀ ਪੂਰੀ ਦੁਨੀਆਂ 'ਚ ਇੱਕ ਐਸਾ ਮੁਲਕ ਹੈ ਜਿਹਦਾ ਸੱਚੀ ਅੱਜ ਵੀ ਕਰੇਜ਼ ਹੈ ਇਹ ਵਲੈਤ ਪਤਾ ਨਹੀਂ ਜਦੋਂ ਅੰਗਰੇਜ਼ ਆ ਗਏ ਉਦੋਂ ਸਾਨੂੰ ਲੱਗਦਾ ਸੀ ਕਿ ਬਹੁਤ ਅੱਛਾ ਹੋ ਗਿਆ ਅੰਗਰੇਜ਼ਾਂ ਨੇ ਸਾਨੂੰ ਦੱਬਿਆ ਹੋਇਆ ਸੀ ਪਰ ਹੁਣ ਅਸੀਂ 25 ਲੱਖ ਲਾ ਕੇ ਵੀ ਆਉਣ ਨੂੰ ਤਿਆਰ ਹਾਂ ਦੇਖੋ ਕਿਸੇ ਤਰ੍ਹਾਂ ਸੀ ਅਤੇ ਜਿਹੜੇ ਸਾਡੇ ਕਾਲੇ ਅੰਗਰੇਜ਼ ਉਹਨਾਂ ਨੇ ਜਿਹੜਾ ਲਹੂ ਸਾਡਾ ਪੀਤਾ ਹੋਇਆ ਤੁਹਾਨੂੰ ਤਾਂ ਪਤਾ ਹੀ ਨਹੀਂ ਛੱਤਰੀ ਚਿੰਕੀ ਵੀ ਬਜਾਓ ਛਤਰੀ ਨਾਲ ਗਾਓਗੇ
ਜਿਓ। ਮੈਨੂੰ ਕਈ ਬੰਦੇ ਕਹਿੰਦੇ ਬਈ ਤੇਰੇ ਗੀਤ ਟੀਵੀ ਤੇ ਨਹੀਂ ਚੱਲਦੇ, ਮੈਂ ਕਿਹਾ ਜਿਹੜੇ ਟੀਵੀ ਤੇ ਚੱਲਦੇ ਉਹ ਦਿਲ ਚ ਨਹੀਂ ਵੱਜਦੇ, ਇਸ ਕਰਕੇ ਫੇਸਬੁੱਕ ਤੇ ਉਹਦਾ ਕੀ ਫਾਇਦਾ ਰੇ। ਅੱਛਾ ਇੱਕ ਨਵਾਂ ਸ਼ੋਸ਼ਾ ਚੱਲਿਆ ਹੋਇਆ, ਕਲਾਕਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਆਪਦੇ ਆਪ ਨੂੰ ਸੰਤੁਸ਼ਟ ਕਰਨਾ ਝੂਠ ਬੋਲ ਕੇ, ਇੱਕ ਹਕੀਕਤ ਜਿਉਂਦੇ ਆ। ਝੂਠ ਵਾਲੇ ਪਤਾ ਕਿਹੜੇ ਆ, ਸਵੇਰੇ ਫੇਸਬੁੱਕ ਤੇ ਤਾੜੀ ਮਾਰ ਕੇ ਥੈਂਕ ਯੂ ਐਵਰੀਬਾਡੀ ਤੁਸੀਂ ਇੰਨਾ ਮਾਣ ਬਖਸ਼ਿਆ। ਅੱਛਾ ਥੱਲੇ ਕਮੈਂਟ ਪੜਿਆ ਕਰੋ, ਕੋਈ ਕਹਿੰਦਾ ਤੇਰੇ ਜੁੱਤੀ ਫਿਰਨੀ ਆ ਬੰਦਾ ਬਣ ਗਿਆ, ਕਈਆਂ ਨੇ ਬੜੀਆਂ ਸੱਭਿਆਚਾਰਕ ਗਾਲਾਂ ਕੱਢੀਆਂ ਹੁੰਦੀਆਂ, ਮੈਂ ਜ਼ਿਕਰ ਨਹੀਂ ਕਰ ਸਕਦਾ। ਕਲਿੱਕਾਂ ਹੁੰਦੀਆਂ 25 ਲੱਖ ਰਾਤੋਂ ਰਾਤ। ਅੱਛਾ ਮਿਲੀਅਨ ਸਿੱਖ ਗਏ ਸਾਡੇ ਵਾਲੇ ਕਹਿਣਾ ਹੁਣ, ਪਹਿਲਾਂ ਤਾਂ ਕਰੋੜ ਦੇ ਪਤਾ ਸੀ, ਹੁਣ ਕਹਿੰਦੇ ਮਿਲੀਅਨ। ਉਹ ਕਹਿੰਦੇ ਮਿਲੀਅਨ ਕਲਿੱਕਸ ਹੋ ਗਈਆਂ, ਕਈਆਂ ਨੇ ਤਾਂ ਕਲਿੱਕਾਂ ਹੀ ਮੁਕਾ ਦੇਣੀਆਂ ਮੈਨੂੰ ਐਂ ਲੱਗਦਾ। ਜੇ ਤੁਹਾਡੇ 'ਚ ਕੋਈ ਗਾਉਣ ਦਾ ਸ਼ੌਕੀਨ ਹੈ, ਜੇ ਆਪਦੇ ਆਪ ਨੂੰ ਸੰਤੁਸ਼ਟ ਕਰਨਾ ਚਾਹੁੰਦਾ ਤਾਂ ਮੈਨੂੰ ਮਿਲ ਲਓ, 25 ਪੈਸੇ ਦੇ ਹਿਸਾਬ ਨਾਲ 5 ਕਲਿੱਕਾਂ ਮਰਾ ਦੂੰਗਾ, ਜਿੰਨੇ ਲੱਖ ਲਾਓਗੇ ਉਨੀਆਂ ਮਰਾ ਦਾਂਗੇ। ਅੱਛਾ ਕਮਾਲ ਦੀ ਗੱਲ ਹੈ ਸਾਨੂੰ, ਮੈਂ ਵੀ ਗਾਉਣ ਵਾਲਿਆਂ 'ਚ ਇੱਕ ਮਿੰਟ ਗੱਲਾਂ ਕਰਨ ਵਾਲੇ, ਤੁਸੀਂ ਪੜ੍ਹੇ ਲਿਖੇ ਤਾਂ ਕਰਦਾ, ਵਿਆਹਾਂ 'ਚ ਸਾਨੂੰ ਕੋਈ ਸੁਣਦੇ ਹੀ ਨਹੀਂ, ਨੱਚ ਕੇ ਆ ਜਾਂਦਾ। ਅੱਛਾ ਜਦੋਂ ਕਲਿੱਕਾਂ ਵੱਜਦੀਆਂ ਕਮੈਂਟ ਹੁੰਦਾ 400, ਕਲਿੱਕਾਂ ਵੱਜ ਗਈਆਂ ਮਿਲੀਅਨ, ਪੰਜਾਬੀ ਆਦਮੀ ਜਦੋਂ ਗੀਤ ਸੁਣੇ ਔਰ ਥੱਲੇ ਕੋਈ ਆਪਦਾ ਦਿਓਰਾ ਨਾਂ ਦਾ ਵੀ ਹੋ ਨਹੀਂ ਸਕਦਾ। ਗੁਆਂਢੀਆਂ ਨੇ ਮੀਟ ਧਰਿਆ ਹੁੰਦਾ, ਜਦੋਂ ਕੁੱਕਰ ਦੀ ਸੀਟੀ ਵੱਜਦੀ ਹੈ ਤਾਂ ਮੇਰੇ ਵਰਗਾ ਨਿਕਲਦਾ, ਹੁਣ ਉਹ ਕੁਛ ਨਹੀਂ ਕਰ ਸਕਦਾ, ਐਂ ਜੇ ਨਿਕਲਦਾ। ਉੱਧਰੋਂ ਜਿਹਦੇ ਘਰ ਕੁੱਕਰ ਚਾੜਿਆ ਹੁੰਦਾ ਉਹ ਵੀ ਨਿਕਲ ਆਉਂਦਾ, ਤਾਂ ਅਚਾਨਕ ਹੁਣ ਛੇੜ ਦੀਆਂ ਗੱਲ ਕਿਵੇਂ, ਬੜੀਆਂ ਲੱਤਾਂ ਜਿਹੀਆਂ ਆਉਂਦੀਆਂ ਦੇਖੀ ਕਿਆ ਕਰੇ। ਸਾਡੇ ਪਿੰਡ ਇੱਕ ਭਗਤ ਹੁੰਦਾ ਸੀ, ਭਗਤ ਇਹ ਬੜੇ ਕਰੈਕਟਰ ਹੈ ਮੇਰੇ ਪਿੰਡ, ਮੈਂ ਫਿਲਮਾਂ 'ਚ ਵੀ ਪਾਇਆ ਹੋਇਆ, ਇੱਕ ਪ੍ਰੇਮ ਜਪਾਨੀ ਹੁੰਦਾ ਸੀ, ਤਾਂ ਜਿਹੜਾ ਭਗਤ ਸੀ ਉਹ ਦਰਵਾਜ਼ੇ 'ਚ ਰੋਟੀ ਖਾ ਕੇ ਜਦੋਂ ਕਿਸੇ ਲੰਘਣਾ ਉਹਨੇ ਕਹਿਣਾ ਲਿਆ ਕੁੜੇ ਲਿਆ 2 ਸਾਂਖੀਆਂ ਹੋਰ ਲਾਇਆ। ਅੱਛਾ ਜਿਹੜੇ ਨੇ ਲੰਘਣਾ ਉਹਨੇ ਕਹਿਣਾ ਵੀ ਭਗਤ ਦੀ ਚੜ੍ਹਾਈ ਆ, ਰੋਜ਼ ਸਾਂਖੀ ਖਾਂਦਾ ਬੱਕਰਾ ਧਰਿਆ। ਇੱਕ ਪ੍ਰੇਮ ਜਵਾਨੀ ਬੜਾ ਕਮੇਡੀ ਕਰੈਕਟਰ ਸੀ, ਸਾਡੇ ਪਿੱਛੇ ਰਹਿੰਦਾ ਸੀ, ਛੜਾ ਸੀ, ਤਾਂ ਉਹ ਕਹਿੰਦਾ ਇਹ ਹੋ ਨਹੀਂ ਸਕਦਾ ਵੀ ਭਗਤ ਰੋਜ਼ ਬੱਕਰਾ ਬਣਾ, ਵੀ ਬੱਕਰਾ ਮਹਿੰਗਾ, ਮੁਰਗੀ ਮਰਗੀ ਤਾਂ ਚਲੋ ਘਰ ਪਾਲ ਕੇ ਵੱਢ ਸਕਦਾ ਬੰਦਾ। ਉਹਨੇ ਫੇਰ ਆਵਾਜ਼ ਮਾਰੀ ਜਦੋਂ ਆ ਜਾ ਪ੍ਰੇਮ ਸਾਂਖੀ ਸੁੱਕੀ ਖਵਾ ਦੀਏ, ਕਹਿੰਦਾ ਅੱਜ ਮੇਰਾ ਮਨ ਹੈ ਮੈਂ ਬਣਾ ਕੇ ਆ ਖਾਣੀ ਹੋਏ। ਜਦ ਕੋਲ ਗਿਆ 2 ਕੌਲੀਆਂ 'ਚ ਮੂੰਗੀ ਮਸਰੀ ਦੀ ਦਾਲ ਸੀ, ਕਹਿੰਦਾ ਤੂੰ ਤਾਂ ਕਹਿੰਦਾ ਮੈਂ ਰੋਜ਼ ਸਾਂਖੀ ਖਾਂਦਾ, ਕਹਿੰਦਾ ਸਾਂਖੀ ਮਿਲਿਆ ਨਾ ਮੇਰੇ ਟੌਰ ਬਣਾਉਣ 'ਚ ਕਿਆ ਖਰਚਾ। ਸੋ 400 ਕਮੈਂਟ ਹੁੰਦਾ, ਥੱਲੇ ਗਾਲਾਂ ਵੀ ਹੁੰਦੀਆਂ। ਅੱਛਾ ਹੁਣ ਪੰਜਾਬੀ ਗੀਤ ਦੀ ਜਿਹੜੇ ਪਿੱਛੇ ਕਲਿੱਕਾਂ ਪਾਈਆਂ ਉਹ ਪਤਾ ਕਿੱਥੋਂ, ਤਜਾਕਿਸਤਾਨ ਤੋਂ। ਤਜਾਕਿਸਤਾਨ ਤਾਂ ਦੂਰ ਆ ਭਾਈ, ਚੀਨ ਸਾਤੋਂ ਮੇਰੇ ਪਿੰਡੋਂ 350 ਕਿਲੋਮੀਟਰ ਬਣਦਾ ਜੇ ਹਵਾ 'ਚ ਜਾਈਏ। ਉੱਥੇ ਜੇ ਮੈਂ ਜਾਏਗਾ ਕਿ ਆ ਬੱਬੂ ਮੈਂ, ਉਹਨੇ ਕਹਿਣਾ ਤੇਰੇ ਅੱਗੇ ਛੱਤੀ ਫਿਰਦੇ ਕੰਮ ਕਰ, ਕੌਣ ਬੱਬੂ ਮਾਰ। ਸੋ ਅਸੀਂ ਆਪਣੇ ਭਰਮ 'ਚ ਜੀਉਂਦੇ, ਤੁਸੀਂ ਪੰਜਾਬੀ ਹੋ ਸੁਣਨ ਵਾਲੇ ਹੋ, ਇਸ ਤਰ੍ਹਾਂ ਦੇ ਲੋਕਾਂ ਦਾ ਪਰਦਾ ਫਾਸ ਕਰਿਆ ਕਰੋ, ਤੋ ਉਹਦੇ ਨਾਲ ਕੀ ਹੈ ਹਕੀਕਤ ਸਾਹਮਣੇ ਆਵੇ। ਖਾਬਾਂ 'ਚ ਮੈਂ ਵੀ ਬਹੁਤ ਜੀਉਂਦਾ, ਪਰ ਇਸ ਤਰ੍ਹਾਂ ਦੇ ਖਾਬ 'ਚ ਮੈਂ ਜੀਉਂਦਾ ਨਹੀਂ।